ਖਜ਼ਾਨੇ ਦੇ ਮਸ਼ੀਰ ਨੇ ਮਲਕ ਜਿਸ ਇਸਲਾਮੀ مالیاتی ਸਨਦ ਨੂੰ ਮਸਤਕਮ ਕਰਨ ਦੇ ਹਕੂਮਤ ਦੇ ਅਜ਼ਮ ਨੂੰ ਦੁਹਰਾਇਆ ਹੈ। ਖਾਰਜਾ ਮਾਮਲੇ ਦੇ ਵਜ਼ੀਰ ਨੇ ਕਿਹਾ ਹੈ ਕਿ ਪਾਕਿਸਤਾਨ ਤਰੱਕੀ ਪذیر ਮਲਕਾਂ ਦੇ ਮਸ਼ਤਰਕਾ এজেন্ডੇ ਨੂੰ ਅੱਗੇ ਵਧਾਣ ਲਈ ਗਰੁੱਪ 77 ਦੇ ਨਾਲ ਰਲ ਕੇ ਕੰਮ ਕਰੇਗਾ। ਪੰਜਾਬ ਵਿੱਚ ਲੋਕਾਂ ਨੂੰ ਘਰ-ਘਰ ਜਾ ਕੇ ਵੈਕਸੀਨ ਲਾਣ ਦਾ ਦੂਜਾ ਮرحله ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਹੰਦੂ ਦੀ ਪੂਰੀਆਂ ਖਬਰਾਂ ਸੁਣੋ। ਦਰ ڈاکٹر عارف ﺍﻟवी ਨੇ سرمایہਕਾਰਾਂ ਉਤੇ ਹਕੂਮਤ ਦੇ ਤਾਮਿਰਤੀ ਪੈਕੇਜ ਤੋਂ ਫਾਇਦਾ ਚੁੱਕਣ ਤੇ ਜ਼ੋਰ ਦਿੱਤਾ ਹੈ। اسلامਬਾਦ ਦੇ ਪਾਕਿਸਤਾਨ ਇੰਟਰਨੈਸ਼ਨਲ ਪ੍ਰਾਪਰਟੀ ਐਕਸਪੋ ਦੀ ਇੱਕਤਦਮੀ ਤਕਰੀਬ ਨੂੰ ਖਿਤਾਬ ਕਰਦੇ ਆਏ ਉਹਨਾਂ ਕਹੇ ਪਾਕਿਸਤਾਨ ਨੇ ਆਜ਼ਾਦਾਨਾ سرمایہਕਾਰ ਪਾਲਿਸੀ ਬਣਾ ਕੇ ਤਾਮਿਰਤੀ ਸ਼ੋਬੇ 'ਚ ਕਾਰੋਬਾਰ ਦੋਸਤ ਮਾਹੌਲ ਨੂੰ ਯਕੀਨੀ ਬਣਾਇਆ ਹੈ। ਉਹਨਾਂ ਕਹੇ ਕਿ ਤਾਮਿਰਤੀ ਸ਼ੋਬੇ ਦੀ ਤਰੱਕੀ ਨਾਲ ਇਹਦੇ ਨਾਲ ਜੁੜੀਆਂ ਹੋਈਆਂ ਪੰਜਾਬ ਤੋਂ ਵੱਧ ਸੰਤਾ ਨੂੰ ਫਾਇਦਾ ਹੋਵੇਗਾ ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਨਾਲ ਨਰ ਹੁਰਬਤ ਵੀ ਘਟੇਗੀ। ਇਸਲਾਮੀ ਤਾਰੀਖ ਦੀ ਮਿਸਾਲ ਦਿੰਦੇ ਹੋਇਆਂ ਉਹਨਾਂ ਕਿਹਾ ਕਿ ਸਰਮਾਇਆਕਾਰ ਇਸਲਾਮ ਦੇ ਸੁਨਹਿਰੀ ਅਸੂਲਾਂ ਦੇ ਮੁਤਾਬਕ ਸਰਮਾਇਆਕਾਰੀ ਕਰਨ ਤੇ ਦੌਲਤ ਨੂੰ ਜਮ੍ਹਾਂ ਕਰਨ ਦੀ ਬਜਾਏ ਉਹਨੂੰ ਖਰਚ ਕਰਨ ਬਾਅਦ ਇਸ ਸਿੰਧ ਯੂਨੀਵਰਸਿਟੀ ਜਾਮੇ ਸ਼ੋਰੋ ਦੀ ਤਕਰੀਬ ਨੂੰ ਵੀਡੀਓ ਲਿੰਕ ਨਾਲ ਖਿਤਾਬ ਕਰਦੇ ਹੋਇਆਂ ਸਦਰ ਨੇ ਕਿਹਾ ਕਿ ਮੁਲਕ ਦੀ ਤਰੱਕੀ ਲਈ ਯੂਨੀਵਰਸਿਟੀਆਂ ਤੇ ਸੰਤਾਂ ਵਿਚਕਾਰ ਫਰਕ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਉਹਨਾਂ ਕਿਹਾ ਕਿ ਯੂਨੀਵਰਸਿਟੀਆਂ ਤੇ ਸੰਤਾਂ ਦੇ ਵਿਚਕਾਰ ਤਾਵਨ ਪਾਇਦਾਰ ਤਰੱਕੀ ਤੇ ਸਮਾਜੀ ਮਸਲੇ ਹੱਲ ਕਰਨ ਦੀ ਲੋੜ ਹੈ खज़ाने बारे वज़ी आजम के मुशीर चौकत तरीन ने कारकरदगी बुनियाद के मुलाज़म दियाँ तनखावं तमारात को बेहतर बनाने की जरूरत उ जोर दता है पे एंड पेन पेनशन कमेटी के ऑनलाइन इजलास न खिताब करद उन्होंने कहा कि तनखा से पेनशन का मौजूदा तरीकाकार ठीक नहीं है उन्होंने बुनियादी तनखा के निजाम बेकायदगी खत्म करने की जरूरत उ जोर दता सारदारा बुनियादी तनखा का इको जि नज़ाम मुतारफ़ करा तजवीज़ दी ਉਨਾ ਕਿਆ ਕਿ ਮੁਲਾਜ਼ਮਾ ਦੀ کارکردگی ਦਾ ਮਿਆਰ ਇਹਨਾਂ ਨੂੰ ਟਾਰਗੇਟ ਦੇ ਕੇ ਮੁਕਰਰ ਕੀਤਾ ਜਾ ਸਕਦਾ ਹੈ। ਇਤਲਾਅਤ ਤੇ ਨਸ਼ਰੀਆ ਦੇ ਵਜ਼ੀਰ-ਏ-ਮੁਲਕਤ ਫਰਖ ਖਬੀਬ ਨੇ ਕਿਹਾ ਹੈ ਕਿ ਕਿਸੇ ਵੀ ਵਜ਼ੀਰ ਉਤੇ ਬਾਹਰ ਦੇ ਮੁਲਕਾਂ ਵਿੱਚ ਮੁਲਕਾਂ ਵਿੱਚੋਂ ਆਉਣ ਵਾਲੀਆਂ ਅਹਿਮ ਕਾਨਫਰੰਸਾਂ ਵਿੱਚ ਸ਼ਿਰਕਤ ਕਰਨ ਦੀ ਕੋਈ ਪਾਬੰਦੀ ਨਹੀਂ। ਇੱਕ ਨਿਊਜ਼ ਚੈਨਲ ਨਾਲ ਗੱਲਾਂ ਕਰਦਿਆਂ ਆਇਆ ਉਹਨਾਂ ਕਿਆ ਕਿ وزیراعظم ਇਮਰਾਨ ਖਾਨ ਨੇ ਵਜ਼ੀਰਾਂ ਨੂੰ ਬਾਹਰ ਦੇ ਮੁਲਕਾਂ ਦੇ ਗੈਰ ਜ਼ਰੂਰੀ ਦੌਰਿਆਂ ਤੋਂ ਬਜਾਏ ਆਪਣੇ ਹਲਕਿਆਂ 'ਚ ਬਿਹਤਰ ਕਾਰਗਰਦੀ ਵਿਖਾਣ ਦਾ ਆਖਿਆ ਹੈ। हकूमत ने पट्रोलियम मसुआत दैसलाता है खजाना डिवीजन जारी कर दिता खारजा मामलिया वजीर शाह महबूद कुरोशी ने जोर दिता है कि तरक्की पजीर मुल्क नुनिया वालों मुनासिब माली हिमायत मिलनी चाहती है ता जरक्की पजीर मुल ਮਹੌਲਯਾਤੀ ਤਬਦੀਲੀ ਤੇ ਕਰੋਨਾ ਵਬਾਤ ਹੋਣ ਵਾਲਿਆਂ ਚੈਲੰਜਾਂ ਨਾਲ ਬਿਹਤਰ ਤਰੀਕੇ ਨਾਲ ਨਿਬੜ ਸਕਣ ਤਰੱਕੀਪਜ਼ੀਰ ਮੁਲਕਾਂ ਦੇ ਗਰੁੱਪ 77 ਤੇ ਚੀਨ ਦੇ ਖਜ਼ਾਜਾ ਵਜ਼ੀਰਾਂ ਦੇ ਸਾਲਾਨਾ اجلاس ਵਿੱਚ ਵੀਡੀਓ ਲਿੰਕ ਨਾਲ ਖਿਤਾਬ ਕਰਦੇ ਹੋਏ ਆ ਸ਼ਾਹ ਮਹਿਮੂਦ ਕੁਰੀਸ਼ੀ ਨੇ ਕਿਹਾ ਕਿ ਦੁਨੀਆਂ ਦੇ ਮੁਲਕਾਂ ਵਿਚਕਾਰ ਇੱਕੋ ਜਿਹਾ مالی ਤੇ ਤੇਜਾਰਤੀ ਢਾਂਚਾ ਹੋਣਾ ਬੜਾ ਜ਼ਰੂਰੀ ਹੈ ਖਜ਼ਾਜਾ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਗਰੁੱਪ 77 ਦੇ ਤਰੱਕੀਪਜ਼ੀਰ ਮੁਲਕਾਂ ਦੀ ਸਾਂਝੀ ਤਰੱਕੀ ਵਿਧਾਨ ਲਈ ਹਮੇਸ਼ਾ ਕੰਮ ਕਰਦਾ ਰਹੇਗਾ अकवाम मुतहदा पाकिस्तान ने मुनासिब मुकम्मल वसायल उत्ती दे, दे है जिदे तू मुस्तकबिल वबावसर तरीके मुकाबला जनीवा अदारे गवर्निंग बॉडी के तीन रोजा इजलास दे दौरान अकवाम मुतहदेश पाकिस्तान के सफीर खलील हाशमी ने पेश किया उन्होंने कहा कि कोरोना वबा ने मौजूदा सेहत के आलमी ढांचे सलामती दमजोरिया बेनकाब कर दिया है پاکستان ਦੇ سفیر ਨੇ ਕਿਹਾ ਕਿ عالمی ਸਿਹਤ ਦੀ ਅਸੈਂਬਲੀ ਦਾ ਇਹ اجلاس ਮستਕਬਲ ਵਿੱਚ ਆਉਣ ਵਾਲੀਆਂ ਆਫ਼ਤਾਂ ਤੇ وبਾਵਾਂ ਤੋਂ ਬਚਣ ਲਈ ਮੋਸਰ ਤੇ ਮਜ਼ਬੂਤ ਕਾਰਵਾਈਆਂ ਲਈ ਬੜਾ ਅਹਿਮ ਹੈ ਪੰਜਾਬ ਦੇ وزیراعਲਾ ਨੇ ਪੂਰੇ ਸੂਬੇ ਦੇ ਸਕੂਲਾਂ 'ਚ ਅਸੈਂਬਲੀ ਦੇ ਦੌਰਾਨ ਕੁਰਾਨ ਦੀ ਤਲਾਵਤ ਤੋਂ ਬਾਅਦ ਦਰੂਦ ਪਾਕ ਪੜ੍ਹਨ ਦੀ ਹਿਦਾਇਤ ਕੀਤੀ ਹੈ ਉਨ੍ਹਾਂ ਕਿਹਾ ਕਿ ਤਲਾਵਤ ਤੋਂ ਬਾਅਦ ਦਰੂਦ ਪਾਕ ਤੇ ਫਿਰ ਕੌਮਿਤਰਾਣਾ ਪੜਿਆ ਜਾਵੇ وزیراعਲਾ ਦੀ ਹਿਦਾਇਤ ਤੋਂ ਬਾਅਦ ਚੀਫ ਸੈਕਟਰੀ ਨੇ ਸਕੂਲਾਂ ਨੂੰ ਇਸ ਹਿਦਾਇਤ ਉਤੇ ਫੌਰੀ ਅਮਲ ਕਰਨ ਲਈ ਖਤ ਭੇਜ ਦਿੱਤਾ ਹੈ ਵਜ਼ੀਰ ਆਲਾ ਨੇ ਕਿਹਾ ਕਿ ਦਰੂਦ ਪਾਕ ਦੀ ਬਰਕਤ ਨਾਲ ਨਵੀਂ نسل ਨੂੰ ਇਹਦੇ ਫਯੂਜ਼ੋ ਬਰਕਤ ਮਿਲਣਗੇ ਪੰਜਾਬ ਦੀ ਸਿਹਤ ਦੀ ਵਜ਼ੀਰ ਡਾਕਟਰ ਯਾਸਮੀਨ ਰਾਸ਼ਿਦ ਨੇ ਲਾਹੌਰ ਇਸ ਪੰਜਾਬ ਵਿੱਚ ਕਰੋਨਾ ਦੀ ਸੂਰਤ ਹਾਲ ਬਾਰੇ ਇੱਕ ਜਾਇਜ਼ਾ ਇਜਲਾਸ ਦੀ ਸਦਾਰਤ ਕੀਤੀ ਇਸ ਮੌਕੇ ਤੇ ਉਹਨਾਂ ਕਾਰਗਰ ਚਾਹ ਕੇ ਲੋਕਾਂ ਨੂੰ ਵੈਕਸੀਨ ਲਾਣ ਦੇ ਦੂਜੇ ਦੌਰ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਇਹ ਦੌਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਉਹਨਾਂ ਕਿਹਾ ਕਿ ਦੂਜੇ ਮਹਰੇ ਲਈ 26 ਲੱਖ ਤੋਂ ਵੱਧ

ਮੁਲਾਕਾਤ ਦੇ ਦੌਰਾਨ ਵਫਦ ਨੇ ਤਾਜਰ ਬਰਾਦਰੀ ਤੇ ਸੰਤਾਂ ਦੇ ਮਸਲਿਆਂ ਦੇ ਹੱਲ ਬਾਰੇ ਗੱਲਬਾਤ ਕੀਤੀ। ਵਜ਼ੀਰ ਆਲਾ ਨੇ ਆਖਿਆ ਹੈ ਕਿ ਖਾਦ ਨੂੰ ਲੁਕਾਉਣ ਵਾਲਿਆਂ ਨੂੰ ਕਿਸੇ ਸੂਰਤ ਮਾਫ ਨਹੀਂ ਕੀਤਾ ਜਾਏਗਾ ਤੇ ਕਾਸ਼ਤਕਾਰਾਂ ਨੂੰ ਖਾਦ ਦਿੱਤਾ ਹੈ ਸ਼ੁਦਾ ਕੀਮਤ ਉਤੇ ਫਰਾਮੀ ਨੂੰ ਯਕੀਨੀ ਬਣਾਇਆ ਜਾਏਗਾ। ਪੰਜਾਬ ਦੇ ਹਾਊਸਿੰਗ ਦੇ ਸੂਬਾਈ ਵਜ਼ੀਰ ਮਲਕ ਅਸਦ ਅਲੀ ਦੀ ਸਦਾਰੇ ਤੇ ਲਾਹੌਰ ਇਸ ਤਰ੍ਹਾਂ ਕੀਤੇ ਕੰਮਾਂ ਬਾਰੇ ਸੂਬਾਈ ਵਜ਼ੀਰਾਂ ਦੀ ਕਮੇਟੀ ਦਾ اجلاس ਹੋਇਆ। ਹੁਣ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਤੇ ਟੱਬਸਿਰ ਸੁਣਨ ਲਈ ਸਾਡੀ ਵੈਬਸਾਈਟ radio.gov.pk ਨਾਲ ਜੁੜੇ ਰਹੋ